ਜਿੱਤ ਤੋਂ ਬਾਅਦ ਉਚਾ ਨਾਲ ਭਰੇ ਮਨਜਿੰਦਰ ਸਿੰਘ ਸਿਰਸਾ ਨਾਲ ਖਾਸ ਗੱਲਬਾਤ ਕੀਤੀ ਸਾਡੇ ਸਹਿਯੋਗੀ ਹਰਪ੍ਰੀਤ ਸਿੰਘ ਨੇ। ਮੇਰੇ ਨਾਲ ਮੌਜੂਦ ਨੇ ਮਨਜਿੰਦਰ ਸਿੰਘ ਸਿਰਸਾ, ਰਜੌਰੀ ਗਾਰਡਨ ਸੀਟ ਤੋਂ ਜਿੱਤ ਹਾਸਲ ਕਰਕੇ ਆਏ ਨੇ। ਸਿਰਸਾ ਸਾਹਿਬ, ਬਹੁਤ ਬਹੁਤ ਮੁਬਾਰਕ ਇਸ ਜਿੱਤ ਵਾਸਤੇ। ਮੈਂ ਸਾਰਿਆਂ ਨੂੰ ਧੰਨਵਾਦ ਕਰਦਾ, ਗੁਰੂ ਸਾਹਿਬ ਦੇ ਪਵਿੱਤਰ ਗੁਰਚਰਨਾ ਕਮਲਾਂ ਦਾ ਧੰਨਵਾਦ ਕਰਦਾ, ਜਿਨ੍ਹਾਂ ਨੇ ਵਿਸਾਖੀ ਦੇ ਦਿਨ ਐਸੀ ਸਾਡੇ 'ਤੇ ਕਿਰਪਾ ਕੀਤੀ ਆ। ਸ਼੍ਰੋਮਣੀ ਅਕਾਲੀ ਦਲ ਦੀ ਬੜੀ ਵੱਡੀ ਜਿੱਤ ਹੋਈ ਆ ਔਰ ਆਮ ਆਦਮੀ ਪਾਰਟੀ ਦੀ ਜਮਾਨਤ ਜ਼ਬਤ ਹੋਈ ਆ। ਇਹ ਦੱਸਦੀ ਆ ਕਿ ਜਿਹੜੀ ਇਹ ਡੋਂਕੇਬਾਜ਼ ਪਾਰਟੀ ਸੀ, ਜਿਹੜੀ ਡਰਾਮੇਜ਼ ਪਾਰਟੀ ਸੀ, ਲੋਕਾਂ ਨੇ ਕਿੱਦਾਂ ਉਹਨੂੰ ਰਿਜੈਕਟ ਕੀਤਾ। ਜਿਹੜੀ ਦਾਅਵਿਆਂ ਦੀ ਵਿਕਾਸ ਦੀ ਗੱਲ ਖਾਤਰ ਕੀਤੀ ਜਾ ਰਹੀ ਸੀ ਲਗਾਤਾਰ ਦਿੱਲੀ ਦੇ ਵਿੱਚ ਕਿ ਦਿੱਲੀ ਜਿਹੜੀ ਇਹ ਬਦਲ ਰਹੀ ਹੈ, ਸ਼ਾਇਦ ਲੱਗਦਾ ਕਿ ਰਜੌਰੀ ਗਾਰਡਨ ਦਾ ਜਵਾਬ ਦਿੱਤਾ। ਇਹੀ ਬਦਲ ਰਹੀ ਆ, ਦਿੱਲੀ ਬਦਲ ਰਹੀ ਆ। ਲੋਕ ਜਿਨ੍ਹਾਂ ਨੇ ਪਹਿਲਾਂ 52% ਵੋਟ ਦਿੱਤੀ ਸੀ, ਹੁਣ 8% ਵੋਟ ਦਿੱਤੀ ਹੈ, ਦਿੱਲੀ ਬਦਲ ਰਹੀ ਆ। ਆਪਣੇ ਜਿਹੜੇ ਸਮਰਥਕ ਨੇ ਜਿਨ੍ਹਾਂ ਨੇ ਵੋਟ ਪਾਈ ਆ, ਉਹਨਾਂ ਨੂੰ ਕੀ ਕਹਿਣਾ ਚਾਹੁੰਦਾ? ਮੈਂ ਰਜੌਰੀ ਗਾਰਡਨ ਦੇ ਲੋਕਾਂ ਦਾ ਬਹੁਤ ਧੰਨਵਾਦ ਕਰਦਾ, ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸਰਦਾਰ ਪ੍ਰਕਾਸ਼ ਸਿੰਘ ਜੀ, ਬਾਦਲ ਸਾਹਿਬ ਦਾ, ਸ਼੍ਰੀ ਅਮਿਤ ਸ਼ਾਹ ਜੀ ਦਾ, ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਦਾ, ਜਿਨ੍ਹਾਂ ਦੇ ਕਰਕੇ ਜਿੱਤ ਸੰਭਵ ਹੋ ਸਕੀ। ਕੀ ਵਾਅਦਾ ਹੈ ਸਭ ਤੋਂ ਜਿਹੜਾ ਵੱਡਾ ਜਿਹੜਾ ਪੂਰਾ ਪਹਿਲੋਂ ਕਰਨਾ ਚਾਹੋਗੇ? ਜਿਹੜਾ ਅਸੀਂ ਕੰਮ ਕਰਦੇ ਆਏ ਹਾਂ, ਮੈਂ ਪਹਿਲਾਂ ਵੀ ਕੰਮ ਕਰਦੇ ਰਹੇ ਤਾਂ ਹੀ 45,000 ਵੋਟਾਂ ਮਿਲੀਆਂ ਸੀ, ਹੁਣ ਵੀ 40,000 ਬਾਈ ਇਲੈਕਸ਼ਨ 'ਚ ਮਿਲੀਆਂ ਨੇ। ਸੋ ਕੰਮ 'ਚ ਅਸੀਂ ਬਹੁਤ ਵਿਸ਼ਵਾਸ ਕਰਦੇ ਹਾਂ, ਕੰਮ ਹੀ ਕਰਾਂਗੇ, ਕਾਰਪੋਰੇਸ਼ਨ ਅੰਦਰ ਵੀ ਅਸੀਂ ਜਿੱਤਾਂਗੇ ਔਰ ਮਿਲ ਕੇ ਅਸੀਂ ਅੱਛੇ ਕੰਮ ਕਰਾਂਗੇ। ਬਹੁਤ ਬਹੁਤ ਮੁਬਾਰਕਬਾਦ ਸਰ। ਇਹ ਸਨ ਮਨਜਿੰਦਰ ਸਿੰਘ ਸਿਰਸਾ, ਜੋ ਕਿ ਸਾਫ਼ ਤੌਰ 'ਤੇ ਕਹਿ ਰਹੇ ਨੇ ਕਿ ਇਹ ਜਿੱਤ ਵਿਕਾਸ ਦੀ ਜਿੱਤ ਹੈ, ਜੋ ਕੰਮ ਉਹਨਾਂ ਨੇ ਕੀਤੇ ਸਨ ਜਾਂ ਜੋ ਵਾਅਦੇ ਕੀਤੇ ਨੇ ਜਨਤਾ ਨਾਲ, ਉਹਨਾਂ ਨੂੰ ਪੂਰਾ ਕਰਨਗੇ। ਕੈਮਰਾ ਪਰਸਨ ਵਿਕਰਮ ਡੋਗਰਾ ਨਾਲ ਹਰਪ੍ਰੀਤ ਸਿੰਘ, PTC ਨਿਊਜ਼, ਦਿੱਲੀ।